ਉਂਝ ਤਾਂ ਸਮੇਂ-ਸਮੇਂ 'ਤੇ ਧਰਤੀ 'ਤੇ ਉਲਕਾ ਪਿੰਡ ਡਿੱਗਦੇ ਰਹਿੰਦੇ ਨੇ, ਪਰ ਇਸ ਵਾਰ ਧਰਤੀ 'ਤੇ ਉਲਕਾ ਪਿੰਡ ਦਾ ਮੀਂਹ ਵਸ ਪੈਂਦਾ ਹੈ। ਇੱਕ ਵਿਗਿਆਨੀ ਜਿਹੜਾ ਸੈਟੇਲਾਈਟ ਤੋਂ ਵੇਖ ਰਿਹਾ ਸੀ ਕਿ ਉਸ ਦੇ ਪਰਿਵਾਰ ਦੀ ਜਾਨ ਖਤਰੇ ਵਿੱਚ ਹੈ, ਫਿਰ ਉਹ ਕਿੰਨੇ ਵਧੀਆ ਤਰੀਕੇ ਨਾਲ ਆਪਣੇ ਪਰਿਵਾਰ ਦੀ ਜਾਨ ਬਚਾਉਂਦਾ ਹੈ, ਇਹ ਤੁਹਾਨੂੰ ਇਸ ਮੂਵੀ ਵਿੱਚ ਵੇਖਣ ਨੂੰ ਮਿਲੇਗਾ। ਮੂਵੀ ਬਿਲਕੁਲ ਨਵੇਂ ਵਿਸ਼ੇ 'ਤੇ ਬਣੀ ਹੈ। ਮੂਵੀ ਦਾ ਨਾਮ ਹੈ ਮੀਰਾ। ਪੂਰੀ ਡਿਟੇਲ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗੀ। ਇਹ ਹੈ ਮੂਵੀ ਦੀ ਹੀਰੋਇਨ ਲੇਰਾ। ਇਹ ਆਪਣੀ ਮੰਮੀ ਅਤੇ ਆਪਣੇ ਮਤਰੇਏ ਪਿਤਾ ਨਾਲ ਕਾਲਜ ਜਾ ਰਹੀ ਹੈ। ਇਹਨਾਂ ਦੇ ਨਾਲ ਇਹਦਾ ਸੌਤੇਲਾ ਭਰਾ ਵੀ ਹੈ। ਅੱਜ ਲੇਰਾ ਦਾ ਮੁਕਾਬਲਾ ਵੀ ਹੈ। ਲੇਰਾ ਜਿੱਤਣ ਦੇ ਲਈ ਪੂਰੀ ਜਾਨ ਲਾ ਦਿੰਦੀ ਹੈ। ਲੇਰਾ ਜਿੱਤਣ ਹੀ ਵਾਲੀ ਸੀ, ਪਰ ਉਹਦਾ ਬੁਆਏਫ੍ਰੈਂਡ ਜਿਹਦਾ ਇੱਕ ਹੱਥ ਇਲੈਕਟ੍ਰਿਕ ਸੀ, ਉਹ ਖੁਸ਼ੀ ਵਿੱਚ ਅਨਾਰ ਚਲਾ ਦਿੰਦਾ ਹੈ। ਹੁਣ ਲੇਰਾ ਨੂੰ ਅੱਗ ਤੋਂ ਡਰ ਲੱਗਦਾ ਸੀ ਕਿਉਂਕਿ ਬਚਪਨ ਵਿੱਚ ਉਸ ਦੇ ਨਾਲ ਇੱਕ ਘਟਨਾ ਹੋ ਗਈ ਸੀ। ਅੱਗ ਵੇਖ ਕੇ ਉਹ ਡਰ ਜਾਂਦੀ ਹੈ ਅਤੇ ਉੱਥੇ ਹੀ ਰੁਕ ਜਾਂਦੀ ਹੈ। ਮੁਕਾਬਲਾ ਕੋਈ ਹੋਰ ਹੀ ਕੁੜੀ ਜਿੱਤ ਜਾਂਦੀ ਹੈ। ਇਹ ਹੈ ਜੌਨ। ਇਹ ਲੇਰਾ ਦਾ ਅਸਲੀ ਬਾਪ ਹੈ। ਇਹ ਰੂਸੀ ਸਪੇਸ ਸਟੇਸ਼ਨ ਵਿੱਚ ਕੰਮ ਕਰਦਾ ਹੈ। ਇਹ ਆਪਣਾ ਜ਼ਿਆਦਾ ਸਮਾਂ ਆਪਣੀ ਵੌਇਸ ਅਸਿਸਟੈਂਟ ਮੀਰਾ ਦੇ ਨਾਲ ਗੱਲਾਂ ਕਰਦਾ ਹੈ। ਮੀਰਾ ਕਿਸੇ ਵੀ ਵੌਇਸ ਅਸਿਸਟੈਂਟ ਨਾਲੋਂ ਜ਼ਿਆਦਾ ਸਮਝਦਾਰ ਹੈ। ਜੌਨ ਦਾ ਕੰਮ ਹੈ ਕਿ ਧਰਤੀ ਦੇ ਵੱਲ ਕੋਈ ਵੀ ਖਤਰਾ ਆਉਂਦਾ ਹੈ ਤਾਂ ਉਸ ਦੇ ਬਾਰੇ ਸਭ ਤੋਂ ਪਹਿਲਾਂ ਖਬਰ ਦੇਣਾ ਅਤੇ ਇੱਥੇ ਨਵੇਂ ਨਵੇਂ ਤਜਰਬੇ ਕਰਨਾ। ਫਿਰ ਜੌਨ ਦਾ ਸੀਨੀਅਰ ਉੱਥੇ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਅਸੀਂ ਇੱਥੇ ਜਿਹੜਾ ਕੰਮ ਕਰਨ ਆਏ ਹਾਂ ਉਹ ਕਰੋ। ਸਰਕਾਰ ਨੇ ਸਾਨੂੰ ਇੱਥੇ ਇੰਨਾ ਖਰਚਾ ਕਰਕੇ ਮੈਦਾਨ ਦੇ ਵਿੱਚ ਤੈਨੂੰ ਤੇਰੀ ਕੁੜੀ ਦੀ ਗੇਮ ਵੇਖਣ ਵਾਸਤੇ ਨਹੀਂ ਭੇਜਿਆ। ਫਿਰ ਉਹ ਆਪਣੇ ਸੀਨੀਅਰ ਨੂੰ ਰਿਪੋਰਟ ਕਰਦੇ ਹਨ ਕਿ ਉਲਕਾ ਪਿੰਡ ਦਾ ਇੱਕ ਸਮੂਹ ਧਰਤੀ ਦੇ ਨੇੜਿਓਂ ਗੁਜ਼ਰੇਗਾ। ਉਸ ਤੋਂ ਸਾਨੂੰ ਕਿੰਨਾ ਖਤਰਾ ਹੈ ਇਹ ਅਜੇ ਸਪਸ਼ਟ ਨਹੀਂ ਹੈ। ਅਸੀਂ ਤੁਹਾਨੂੰ ਸਮੇਂ-ਸਮੇਂ 'ਤੇ ਰਿਪੋਰਟ ਦਿੰਦੇ ਰਹਾਂਗੇ। ਉਲਕਾ ਪਿੰਡ ਦੇ ਸਮੂਹ ਨੂੰ ਧਰਤੀ ਤੋਂ ਵੀ ਸਾਫ਼ ਵੇਖਿਆ ਜਾ ਸਕਦਾ ਸੀ। ਇਹ ਨਜ਼ਾਰਾ ਵੇਖਣ ਵਿੱਚ ਬਹੁਤ ਵਧੀਆ ਲੱਗ ਰਿਹਾ ਸੀ, ਪਰ ਧਰਤੀ 'ਤੇ ਇਹ ਖਤਰਾ ਵੀ ਬਣਿਆ ਹੋਇਆ ਸੀ ਕਿ ਕਦੋਂ ਇਹ ਸੁੰਦਰ ਦਿਖਣ ਵਾਲਾ ਉਲਕਾ ਪਿੰਡ ਦਾ ਸਮੂਹ ਧਰਤੀ 'ਤੇ ਆ ਡਿੱਗੇ ਕੁਝ ਪਤਾ ਨਹੀਂ ਸੀ। ਸਵੇਰੇ ਲੇਰਾ ਦੇ ਫੋਨ 'ਤੇ ਉਸਦੇ ਪਾਪਾ ਦੇ ਮੈਸੇਜ ਆਉਂਦੇ ਹਨ ਕਿ ਸਾਵਧਾਨ ਰਹਿਣਾ, ਕੁਝ ਵੀ ਹੋ ਸਕਦਾ ਹੈ। ਉਸਦੇ ਮੰਮੀ ਪਾਪਾ ਉਸਦੇ ਛੋਟੇ ਭਰਾ ਨੂੰ ਲੈ ਕੇ ਸਕੂਲ ਛੱਡਣ ਜਾਂਦੇ ਹਨ ਅਤੇ ਉਸ ਤੋਂ ਬਾਅਦ ਉਹ ਆਪਣੇ ਦਫ਼ਤਰ ਚਲੇ ਜਾਂਦੇ ਹਨ। ਉਸੇ ਵੇਲੇ ਘਰੇ ਲੇਰਾ ਦੇ ਫੋਨ 'ਤੇ ਅਤੇ ਲੈਪਟੋਪ 'ਤੇ ਮੈਸੇਜ ਆਉਂਦੇ ਹਨ। ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਮੈਸੇਜ ਉਸਦੇ ਪਾਪਾ ਨੇ ਭੇਜਿਆ ਹੈ ਤਾਂ ਉਹ ਧਿਆਨ ਨਹੀਂ ਦਿੰਦੀ। ਫਿਰ ਉਸਦੇ ਪਾਪਾ ਦਾ ਫੋਨ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਬਾਹਰ ਵੇਖੋ ਅਤੇ ਬਚੋ। ਜਦੋਂ ਉਹ ਬਾਹਰ ਵੇਖਦੀ ਹੈ ਤਾਂ ਬਹੁਤ ਹੈਰਾਨੀ ਨਾਲ ਉਸ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ। ਉਲਕਾ ਪਿੰਡ ਦੇ ਕਾਰਨ ਸਪੇਸ ਸਟੇਸ਼ਨ ਦਾ ਵੀ ਨੁਕਸਾਨ ਹੋ ਜਾਂਦਾ ਹੈ। ਫਿਰ ਇੱਕ ਉਲਕਾ ਪਿੰਡ ਧਰਤੀ 'ਤੇ ਆ ਕੇ ਡਿੱਗਦਾ ਹੈ। ਲੇਰਾ ਕਮਰੇ ਦੇ ਅੰਦਰ ਲੁੱਕ ਜਾਂਦੀ ਹੈ। ਫਿਰ ਉਹ ਬੈੱਡ ਦੇ ਥੱਲੋਂ ਆਪਣਾ ਫੋਨ ਕੱਢਦੀ ਹੈ ਅਤੇ ਆਪਣੇ ਕਮਰੇ ਤੋਂ ਬਾਹਰ ਭੱਜਦੀ ਹੈ। ਜਦੋਂ ਉਹ ਬਾਹਰ ਜਾਂਦੀ ਹੈ ਤਾਂ ਵੇਖਦੀ ਹੈ ਕਿ ਉਸ ਦੀ ਬਿਲਡਿੰਗ ਦੇ ਸਾਰੇ ਲੋਕ ਭੱਜ ਕੇ ਬਾਹਰ ਜਾ ਰਹੇ ਸਨ। ਬਾਹਰ ਉਲਕਾ ਪਿੰਡ ਦਾ ਮੀਂਹ ਪੈ ਰਿਹਾ ਸੀ। ਹੁਣ ਲੇਰਾ ਵੀ ਭੱਜ ਕੇ ਬਿਲਡਿੰਗ ਤੋਂ ਥੱਲੇ ਜਾਣ ਦੀ ਕੋਸ਼ਿਸ਼ ਕਰਦੀ ਹੈ। ਲੇਰਾ ਸਿਰਫ 15 ਸਾਲ ਦੀ ਸੀ। ਉਸ ਨੂੰ ਬਿਲਕੁਲ ਨਹੀਂ ਪਤਾ ਸੀ ਕਿ ਇਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਿਵੇਂ ਕਰੇ। ਫਿਰ ਉਹ ਭੀੜ ਵਿੱਚ ਜਾਣ ਦੀ ਬਜਾਏ ਬਿਲਡਿੰਗ ਤੋਂ ਬਾਹਰ ਛਾਲ ਮਾਰ ਦਿੰਦੀ ਹੈ। ਉੱਥੇ ਚਾਰੇ ਪਾਸੇ ਭਗਦੜ ਮਚੀ ਹੋਈ ਸੀ। ਫਿਰ ਉਹਨੂੰ ਉਸਦਾ ਬੁਆਏਫ੍ਰੈਂਡ ਮਿਲ ਜਾਂਦਾ ਹੈ ਅਤੇ ਉਹ ਲੇਰਾ ਨੂੰ ਲੈ ਕੇ ਉੱਥੋਂ ਸੁਰੱਖਿਅਤ ਥਾਂ 'ਤੇ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਇੱਥੇ ਜੇ ਕੋਈ ਥਾਂ ਸੁਰੱਖਿਅਤ ਹੁੰਦੀ ਤਾਂ ਉਹ ਜਾਂਦੇ। ਇੱਥੇ ਸਾਰੇ ਪਾਸੇ ਤਾਂ ਤਬਾਹੀ ਮਚੀ ਹੋਈ ਸੀ। ਫਿਰ ਇੱਕ ਬਿਲਡਿੰਗ ਦੇ ਉੱਤੋਂ ਮਲਬਾ ਡਿੱਗਦਾ ਹੈ ਅਤੇ ਉਸਦਾ ਬੁਆਏਫ੍ਰੈਂਡ ਉਸਦੇ ਥੱਲੇ ਦੱਬ ਜਾਂਦਾ ਹੈ। ਫਿਰ ਲੇਰਾ ਨੂੰ ਵੀ ਕੋਈ ਕਾਰ ਠੋਕ ਦਿੰਦੀ ਹੈ। ਉਸ ਕਾਰ ਨੂੰ ਬੜੇ ਹੀ ਭਲੇ ਮਾਨਸ ਚਲਾ ਰਹੇ ਸੀ। ਫਿਰ ਉਹ ਥੱਲੇ ਉੱਤਰ ਕੇ ਲੇਰਾ ਨੂੰ ਸੰਭਾਲਦੇ ਹਨ ਅਤੇ ਉਸ ਨੂੰ ਉਠਾ ਕੇ ਆਪਣੀ ਕਾਰ ਵਿੱਚ ਪਾ ਲੈਂਦੇ ਹਨ। ਲੇਰਾ ਬੇਹੋਸ਼ ਸੀ। ਪਤਾ ਉਹਨਾਂ ਬੁੱਢੇ ਪਤੀ ਪਤਨੀ ਨੂੰ ਵੀ ਨਹੀਂ ਸੀ ਕਿ ਜਾਣਾ ਕਿੱਥੇ ਹੈ, ਪਰ ਉਹ ਕਾਰ ਨੂੰ ਭਜਾਉਂਦੇ ਰਹਿੰਦੇ ਹਨ। ਫਿਰ ਲੇਰਾ ਨੂੰ ਹੋਸ਼ ਆਉਂਦਾ ਹੈ। ਬੁੱਢੇ ਪਤੀ ਪਤਨੀ ਨੂੰ ਖੁਸ਼ੀ ਹੁੰਦੀ ਹੈ ਕਿ ਉਹ ਬਿਲਕੁਲ ਠੀਕ ਹੈ। ਲੇਰਾ ਵੇਖਦੀ ਹੈ
ਕਿ ਸਾਰੇ ਪਾਸੇ ਬਿਲਡਿੰਗ ਟੁੱਟ ਕੇ ਢੇਰ ਹੋ ਰਹੀਆਂ ਸਨ। ਫਿਰ ਉਹਨਾਂ ਦੀ ਕਾਰ ਦੇ ਸਾਹਮਣੇ ਇੱਕ ਵੱਡੇ ਸਾਰੇ ਟਰੱਕ ਦਾ ਐਕਸੀਡੈਂਟ ਹੋ ਜਾਂਦਾ ਹੈ ਅਤੇ ਰਸਤਾ ਬੰਦ ਹੋ ਜਾਣ ਕਾਰਨ ਉਹਨਾਂ ਨੂੰ ਆਪਣੀ ਕਾਰ ਵਿੱਚੋਂ ਨਿਕਲਣਾ ਪੈਂਦਾ ਹੈ। ਫਿਰ ਲੇਰਾ ਵੇਖਦੀ ਹੈ ਕਿ ਉੱਥੇ ਵੀ ਬਿਲਡਿੰਗਾਂ ਟੁੱਟਣੀਆਂ ਸ਼ੁਰੂ ਹੋ ਗਈਆਂ ਸਨ। ਇਸ ਲਈ ਉਹ ਆਪਣੀ ਜਾਨ ਬਚਾ ਕੇ ਇੱਕ ਮੋਲ ਦੇ ਅੰਦਰ ਵੜ ਜਾਂਦੀ ਹੈ। ਉਹ ਵੱਡੀਆਂ ਸਾਰੀਆਂ ਬਿਲਡਿੰਗਾਂ ਟੁੱਟਣ ਦੇ ਕਾਰਨ ਇੱਕ ਵੱਡਾ ਸਾਰਾ ਰੇਤ ਦਾ ਤੂਫਾਨ ਆਉਂਦਾ ਹੈ ਅਤੇ ਉਹ ਮੋਲ ਨੂੰ ਮਲਬਾ ਬਣਾ ਦਿੰਦਾ ਹੈ। ਸਪੇਸ ਸਟੇਸ਼ਨ ਵਿੱਚ ਜੌਨ ਨੂੰ ਵੀ ਹੋਸ਼ ਆ ਜਾਂਦਾ ਹੈ। ਉਹ ਮੀਰਾ ਨੂੰ ਪੁੱਛਦਾ ਹੈ ਕੀ ਹੋਇਆ ਸੀ। ਫਿਰ ਮੀਰਾ ਉਸ ਨੂੰ ਧਰਤੀ ਦੀਆਂ ਵੀਡੀਓ ਦਿਖਾਉਂਦੀ ਹੈ। ਹੁਣ ਜੌਨ ਨੂੰ ਨਹੀਂ ਪਤਾ ਸੀ ਕਿ ਕਿਹੜਾ ਮੈਂਬਰ ਕਿਹੜੇ ਹਿੱਸੇ ਵਿੱਚ ਹੈ ਅਤੇ ਕੀ ਕਰ ਰਿਹਾ ਹੈ। ਫਿਰ ਉਹ ਮੀਰਾ ਨੂੰ ਪੁੱਛਦਾ ਹੈ ਕਿ ਧਰਤੀ 'ਤੇ ਕਿੱਥੇ ਕਿੱਥੇ ਜ਼ਿਆਦਾ ਨੁਕਸਾਨ ਹੋਇਆ ਹੈ। ਮੀਰਾ ਉਹਨੂੰ ਦੱਸਦੀ ਹੈ ਕਿ ਭਾਰਤ, ਚੀਨ, ਜਪਾਨ, ਇਜ਼ਰਾਈਲ, ਨਿਊਜ਼ੀਲੈਂਡ ਇਹਨਾਂ ਦੇਸ਼ਾਂ ਦੇ ਵੱਡੇ ਹਿੱਸੇ ਵਿੱਚ ਜ਼ਿਆਦਾ ਨੁਕਸਾਨ ਹੋਇਆ ਹੈ। ਜੌਨ ਦੀ ਕੁੜੀ ਲੇਰਾ ਵੀ ਇਜ਼ਰਾਈਲ ਵਿੱਚ ਸੀ। ਫਿਰ ਉਹ ਚੈੱਕ ਕਰਦਾ ਹੈ ਕਿ ਧਰਤੀ 'ਤੇ ਕਈ ਸ਼ਹਿਰਾਂ ਦੇ ਸ਼ਹਿਰ ਖਤਮ ਹੋ ਗਏ ਸਨ। ਫਿਰ ਉਸਦੇ ਸੀਨੀਅਰ ਦਾ ਫੋਨ ਆਉਂਦਾ ਹੈ। ਜੌਨ ਦੱਸਦਾ ਹੈ ਕਿ ਸਪੇਸ ਸਟੇਸ਼ਨ ਦਾ ਬਹੁਤ ਨੁਕਸਾਨ ਹੋਇਆ ਹੈ। ਉਹ ਕਹਿੰਦਾ ਹੈ ਕਿ ਜੇ ਜਾਨ ਜਾਣ ਦਾ ਖਤਰਾ ਹੈ ਤਾਂ ਵਾਪਸ ਆਉਣ ਦੀ ਤਿਆਰੀ ਕਰੋ। ਹੁਣ ਉਹਨਾਂ ਕੋਲ 3 ਘੰਟਿਆਂ ਦਾ ਸਮਾਂ ਸੀ, ਮਤਲਬ 3 ਘੰਟਿਆਂ ਬਾਅਦ ਸਪੇਸ ਸਟੇਸ਼ਨ ਧਰਤੀ ਦੀ ਗੁਰੂਤਾ ਆਕਰਸ਼ਣ ਸੀਮਾ ਵਿੱਚ ਪ੍ਰਵੇਸ਼ ਕਰ ਜਾਵੇਗਾ। ਫਿਰ ਉਹ ਮੀਰਾ ਦੀ ਮਦਦ ਨਾਲ ਲੇਰਾ ਦੇ ਫੋਨ ਦਾ ਸਿਗਨਲ ਪਤਾ ਕਰ ਲੈਂਦਾ ਹੈ ਅਤੇ ਆਪਣੀ ਕੁੜੀ ਨੂੰ ਹੋਸ਼ ਵਿੱਚ ਲਿਆਉਂਦਾ ਹੈ। ਲੇਰਾ ਦਾ ਫੋਨ ਟੁੱਟ ਚੁੱਕਿਆ ਸੀ ਅਤੇ ਉਸ ਵਿੱਚ ਆਵਾਜ਼ ਵੀ ਸਾਫ਼ ਨਹੀਂ ਆ ਰਹੀ ਸੀ। ਫਿਰ ਉਹ ਕੋਲ ਪਏ ਇੱਕ ਖਿਲੌਣੇ ਨਾਲ ਸੰਪਰਕ ਜੋੜਦਾ ਹੈ ਜੋ ਕਿ ਇੱਕ ਟੈਡੀ ਬੀਅਰ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਕੈਮਰੇ ਵੀ ਲੱਗੇ ਹੋਏ ਸਨ। ਇਸ ਤਰ੍ਹਾਂ ਦੇ ਖਿਲੌਣੇ ਅਕਸਰ ਬੱਚਿਆਂ ਦੀ ਦੇਖਭਾਲ ਦੇ ਲਈ ਬਣਾਏ ਜਾਂਦੇ ਹਨ। ਫਿਰ ਉਹ ਪੁੱਛਦੀ ਹੈ ਮਾਂ ਕਿਵੇਂ ਹੈ। ਜੌਨ ਕਹਿੰਦਾ ਹੈ ਕਿ ਤੇਰੀ ਮਾਂ ਬਿਲਕੁਲ ਠੀਕ ਹੈ। ਫਿਰ ਉਹ ਆਪਣੇ ਛੋਟੇ ਭਰਾ ਦੇ ਬਾਰੇ ਪੁੱਛਦੀ ਹੈ ਪਰ ਜੌਨ ਨੂੰ ਉਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਲੇਰਾ ਬਿਲਡਿੰਗ ਦੇ ਮਲਬੇ ਵਿੱਚ ਫਸੀ ਹੋਈ ਸੀ। ਫਿਰ ਜੌਨ ਬਚਾਅ ਕਰਮੀਆਂ ਨਾਲ ਸੰਪਰਕ ਕਰਕੇ ਆਪਣੀ ਕੁੜੀ ਨੂੰ ਬਾਹਰ ਕਢਾਉਂਦਾ ਹੈ। ਫਿਰ ਇੱਕ ਬਚਾਅ ਕਰਮੀ ਉਸ ਨੂੰ ਕਹਿੰਦਾ ਹੈ ਕਿ ਤੂੰ ਬਿਲਕੁਲ ਸਿੱਧਾ ਸਿੱਧਾ ਜਾ, ਬਿਲਡਿੰਗਾਂ ਤੋਂ ਦੂਰ ਰਹੀਂ, ਖਤਰਾ ਅਜੇ ਵੀ ਬਣਿਆ ਹੋਇਆ ਹੈ। ਫਿਰ ਜੌਨ ਆਪਣੀ ਪਤਨੀ ਨੂੰ ਫੋਨ ਕਰਦਾ ਹੈ ਅਤੇ ਦੱਸਦਾ ਹੈ ਕਿ ਲੇਰਾ ਬਿਲਕੁਲ ਠੀਕ ਹੈ। ਲੇਰਾ ਪੁੱਛਦੀ ਹੈ ਕਿ ਮੇਰਾ ਛੋਟਾ ਭਰਾ ਕਿੱਥੇ ਹੈ। ਫਿਰ ਉੱਥੇ ਉਸ ਦਾ ਮਤਰੇਆ ਬਾਪ ਆਉਂਦਾ ਹੈ ਅਤੇ ਦੱਸਦਾ ਹੈ ਕਿ ਬਚਾਓ ਕਰਮੀਆਂ ਨੇ ਸਕੂਲ ਵਿੱਚੋਂ ਸਾਰੇ ਬੱਚਿਆਂ ਨੂੰ ਕੱਢ ਲਿਆ ਪਰ ਉਹਨਾਂ ਵਿੱਚ ਸਾਡਾ ਬੱਚਾ ਨਹੀਂ ਸੀ। ਇਸ ਦਾ ਮਤਲਬ ਉਹ ਅਜੇ ਵੀ ਉਸੇ ਬਿਲਡਿੰਗ ਵਿੱਚ ਹੈ। ਬਿਲਡਿੰਗ ਲੇਰਾ ਤੋਂ ਕੁਝ ਹੀ ਦੂਰੀ 'ਤੇ ਸੀ। ਜੌਨ ਚੈੱਕ ਕਰਦਾ ਹੈ ਕਿ ਉਸ ਬਿਲਡਿੰਗ ਦੀ ਹਾਲਾਤ ਕਾਫ਼ੀ ਖਸਤਾ ਸੀ। ਜੌਨ ਲੇਰਾ ਨੂੰ ਉੱਥੇ ਜਾਣ ਲਈ ਕਹਿੰਦਾ ਹੈ ਪਰ ਇੰਨੇ 'ਚ ਬੈਟਰੀ ਡਾਊਨ ਹੋ ਜਾਣ ਦੇ ਕਾਰਨ ਸਿਸਟਮ ਬੰਦ ਹੋ ਜਾਂਦਾ ਹੈ। ਫਿਰ ਮੀਰਾ ਉਸ ਨੂੰ ਦੱਸਦੀ ਹੈ ਕਿ ਇੰਜੀਨੀਅਰ ਸਟੇਸ਼ਨ ਵਿੱਚ ਬੈਟਰੀ ਅਜੇ ਵੀ ਫੁੱਲ ਚਾਰਜ ਹੈ। ਫਿਰ ਉਹ ਚੈੱਕ ਕਰਦਾ ਹੈ ਕਿ ਉਲਕਾ ਪਿੰਡ ਦੇ ਕਾਰਨ ਉੱਥੇ ਜਾਣ ਦਾ ਰਸਤਾ ਟੁੱਟ ਚੁੱਕਿਆ ਹੈ। ਉੱਧਰ ਲੇਰਾ ਉਸ ਬਿਲਡਿੰਗ ਵਿੱਚ ਤੁਰੀ ਜਾ ਰਹੀ ਸੀ। ਉਸ ਏਰੀਏ ਵਿੱਚ ਕੋਈ ਵੀ ਇਨਸਾਨ ਨਹੀਂ ਸੀ। ਉਹ ਜਾਂਦੇ ਜਾਂਦੇ ਉਸ ਬਿਲਡਿੰਗ ਦੇ ਥੱਲੇ ਪਹੁੰਚ ਜਾਂਦੀ ਹੈ। ਫਿਰ ਉਹ ਬਿਲਡਿੰਗ ਦੇ ਅੰਦਰ ਜਾਂਦੀ ਹੈ ਅਤੇ ਆਪਣੇ ਭਰਾ ਨੂੰ ਆਵਾਜ਼ ਦਿੰਦੀ ਹੈ। ਉੱਧਰ ਜੌਨ ਸਪੇਸ ਸੂਟ ਪਾ ਕੇ ਤਿਆਰ ਹੋ ਜਾਂਦਾ ਹੈ ਅਤੇ ਬਿਜਲੀ ਦੀ ਤਾਰ ਲੈ ਕੇ ਬੋਰਡ ਇੰਜੀਨੀਅਰ ਸਟੇਸ਼ਨ ਦੇ ਵੱਲ ਜਾਣ ਲੱਗਦਾ ਹੈ। ਉਹ ਥਾਂ ਉਸ ਤੋਂ 187 ਮੀਟਰ ਦੂਰ ਸੀ ਪਰ ਉਹ ਹਿੰਮਤ ਕਰਕੇ ਆਪਣੇ ਆਪ ਨੂੰ ਉਸ ਪਾਸੇ ਧੱਕਦਾ ਹੈ। ਉਸ ਦਾ ਬੈਲੈਂਸ ਵਿਗੜ ਜਾਂਦਾ ਹੈ ਪਰ ਫਿਰ ਵੀ ਉਹ ਸੁਰੱਖਿਅਤ ਬੋਰਡ ਇੰਜੀਨੀਅਰ ਸਟੇਸ਼ਨ ਦੇ ਵੱਲ ਪਹੁੰਚ ਜਾਂਦਾ ਹੈ। ਉੱਧਰ ਮੀਰਾ ਵੀ ਆਪਣੇ ਭਰਾ ਦੀ ਆਵਾਜ਼ ਸੁਣ ਕੇ ਬਿਲਡਿੰਗ ਦੇ ਉੱਤੇ ਚੜ੍ਹ ਜਾਂਦੀ ਹੈ ਅਤੇ ਆਖਰ ਉਸ ਨੂੰ ਆਪਣਾ ਭਰਾ ਮਿਲ ਜਾਂਦਾ ਹੈ ਅਤੇ ਉਹ ਉਸ ਨੂੰ ਲੈ ਕੇ ਬਿਲਡਿੰਗ ਤੋਂ ਬਾਹਰ ਆ ਜਾਂਦੀ ਹੈ। ਉੱਧਰ ਜੌਨ ਬਿਜਲੀ ਦੀ ਤਾਰ ਨੂੰ ਬੈਟਰੀ ਦੇ ਨਾਲ ਜੋੜਦਾ ਹੈ।
ਹੁਣ ਇਹ ਦੋਵੇਂ ਸਟੇਸ਼ਨ ਸਿਰਫ ਇੱਕ ਤਾਰ ਦੀ ਵਜ੍ਹਾ ਨਾਲ ਹੀ ਆਪਸ ਵਿੱਚ ਜੁੜੇ ਹੋਏ ਸੀ। ਫਿਰ ਵਾਪਸ ਉਹ ਆਪਣੀ ਕੰਮ ਦੀ ਥਾਂ 'ਤੇ ਪਹੁੰਚ ਜਾਂਦਾ ਹੈ। ਉਹ ਫਿਰ ਆਪਣੀ ਕੁੜੀ ਨਾਲ ਸੰਪਰਕ ਕਰਦਾ ਹੈ, ਪਰ ਉਹ ਟੈਡੀ ਹੁਣ ਕੰਮ ਨਹੀਂ ਕਰ ਰਿਹਾ ਸੀ। ਫਿਰ ਉਹ ਚੈੱਕ ਕਰਦਾ ਹੈ ਕਿ ਉਸ ਬਿਲਡਿੰਗ ਦੇ ਆਸ ਪਾਸ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉੱਧਰ ਲੇਰਾ ਬਿਲਡਿੰਗ ਤੋਂ ਦੂਰ ਭੱਜ ਰਹੀ ਸੀ ਕਿਉਂਕਿ ਉਹ ਬਿਲਡਿੰਗ ਡਿੱਗਣ ਵਾਲੀ ਸੀ ਅਤੇ ਵੇਖਦੇ ਹੀ ਵੇਖਦੇ ਉਹ ਬਿਲਡਿੰਗ ਡਿੱਗ ਪੈਂਦੀ ਹੈ। ਲੇਰਾ ਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕਿਹੜੇ ਪਾਸੇ ਜਾਣਾ ਹੈ। ਫਿਰ ਉਹ ਬਿਲਡਿੰਗ ਦੇ ਮਲਬੇ ਤੋਂ ਬਚਣ ਲਈ ਇੱਕ ਦੁਕਾਨ ਦੇ ਅੰਦਰ ਵੜ ਜਾਂਦੀ ਹੈ। ਫਿਰ ਥੋੜ੍ਹਾ ਸਮਾਂ ਉੱਥੇ ਬਿਤਾ ਕੇ ਉਹ ਵਾਪਸ ਬਾਹਰ ਆਉਂਦੀ ਹੈ। ਬਾਹਰ ਸਾਰੇ ਪਾਸੇ ਧੂੜ ਸੀ ਅਤੇ ਲੇਰਾ ਨੂੰ ਏਰੀਆ ਵੀ ਸਮਝ ਵਿੱਚ ਨਹੀਂ ਆ ਰਿਹਾ ਸੀ। ਫਿਰ ਲੇਰਾ ਦਾ ਛੋਟਾ ਭਰਾ ਕਹਿੰਦਾ ਹੈ ਕਿ ਸ਼ਾਇਦ ਉਸ ਗੱਡੀ ਦਾ ਹਾਰਨ ਸਾਡੇ ਲਈ ਹੀ ਵੱਜ ਰਿਹਾ ਹੈ। ਫਿਰ ਉਹ ਦੋਵੇਂ ਜਦੋਂ ਉੱਥੇ ਪਹੁੰਚ ਜਾਂਦੇ ਹਨ ਤਾਂ ਇੱਕ ਹੋਰ ਗੱਡੀ ਦਾ ਹਾਰਨ ਵੱਜਣਾ ਸ਼ੁਰੂ ਹੋ ਜਾਂਦਾ ਹੈ। ਇਹਨਾਂ ਗੱਡੀਆਂ ਨੂੰ ਸਪੇਸ ਸਟੇਸ਼ਨ ਤੋਂ ਜੌਨ ਕੰਟਰੋਲ ਕਰ ਰਿਹਾ ਸੀ। ਫਿਰ ਜੌਨ ਉਹਨਾਂ ਨੂੰ ਟ੍ਰੈਫਿਕ ਸਿਗਨਲ ਦੀ ਮਦਦ ਨਾਲ ਰਸਤਾ ਦੱਸਣ ਦੀ ਕੋਸ਼ਿਸ਼ ਕਰਦਾ ਹੈ। ਲੇਰਾ CCTV ਕੈਮਰੇ ਵੇਖ ਕੇ ਸਮਝ ਜਾਂਦੀ ਹੈ ਕਿ ਉਸ ਦੇ ਪਾਪਾ ਉਸ ਨੂੰ ਵੇਖ ਰਹੇ ਹਨ। ਜੌਨ ਹਰ ਉਸ ਚੀਜ਼ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਨਾਲ ਉਹ ਸੰਪਰਕ ਕਰ ਸਕਦਾ ਸੀ। ਹੁਣ ਉਹਨਾਂ ਨੂੰ ਅੱਗੇ ਤੋਂ ਅੱਗੇ ਚੱਲਣ ਵਾਸਤੇ ਸਿਗਨਲ ਮਿਲਦੇ ਜਾ ਰਹੇ ਸੀ। ਦੋਸਤੋ, ਇਹੀ ਤਾਂ ਇੱਕ ਬਾਪ ਦੀ ਪਹਿਚਾਨ ਹੈ ਕਿ ਉਹ ਆਪਣੇ ਬੱਚਿਆਂ ਦੇ ਨਾਲ ਨਾ ਹੋ ਕੇ ਵੀ ਹਮੇਸ਼ਾ ਆਪਣੇ ਬੱਚਿਆਂ ਦਾ ਖਿਆਲ ਰੱਖਦਾ ਹੈ। ਹੁਣ ਉਹ ਉਸ ਥਾਂ 'ਤੇ ਪਹੁੰਚ ਗਏ ਸੀ ਜਿੱਥੇ ਮਿਲਟਰੀ ਵਾਲੇ ਲੋਕਾਂ ਦੀ ਮਦਦ ਕਰ ਰਹੇ ਸੀ। ਉਸੇ ਵੇਲੇ ਉੱਥੇ ਇੱਕ ਜ਼ੋਰ ਦਾ ਧਮਾਕਾ ਹੁੰਦਾ ਹੈ ਅਤੇ ਹੈਲੀਕਾਪਟਰ ਡਿੱਗ ਪੈਂਦਾ ਹੈ। ਮੀਰਾ ਜੌਨ ਨੂੰ ਸਿਗਨਲ ਦੇ ਕੇ ਦੱਸਦੀ ਹੈ ਕਿ ਉੱਥੇ ਨਦੀ ਵਿੱਚ ਇੱਕ ਵੱਡਾ ਸਾਰਾ ਜਹਾਜ਼ ਹੈ ਜੋ ਕੁਝ ਹੀ ਦੇਰ ਵਿੱਚ ਫਟਣ ਵਾਲਾ ਹੈ। ਉੱਧਰ ਲੇਰਾ ਆਪਣੇ ਭਰਾ ਨੂੰ ਲੈ ਕੇ ਹੈਲੀਕਾਪਟਰ ਤੱਕ ਪਹੁੰਚ ਜਾਂਦੀ ਹੈ ਅਤੇ ਫੌਜੀ ਨਾਲ ਆਪਣੇ ਭਰਾ ਨੂੰ ਲੈ ਕੇ ਜਾਣ ਦੀ ਜਿੱਦ ਕਰਦੀ ਹੈ। ਫੌਜੀ ਕਹਿੰਦਾ ਹੈ ਕਿ ਹੈਲੀਕਾਪਟਰ ਵਿੱਚ ਪਹਿਲਾਂ ਹੀ ਜ਼ਿਆਦਾ ਸਵਾਰੀਆਂ ਹਨ। ਫਿਰ ਅੰਦਰੋਂ ਉਸ ਦਾ ਬੁਆਏਫ੍ਰੈਂਡ ਨਿਕਲ ਕੇ ਬਾਹਰ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਮੇਰੀ ਥਾਂ 'ਤੇ ਇਸ ਬੱਚੇ ਨੂੰ ਲੈ ਜਾਓ। ਫਿਰ ਜੌਨ ਆਪਣੇ ਸੀਨੀਅਰ ਨੂੰ ਦੱਸਦਾ ਹੈ ਕਿ ਸ਼ਹਿਰ ਦੇ ਬਿਲਕੁਲ ਵਿਚਕਾਰ ਇੱਕ ਜਹਾਜ਼ ਫਟਣ ਵਾਲਾ ਹੈ ਅਤੇ ਜੇ ਉਹ ਫਟਿਆ ਤਾਂ ਅੱਧਾ ਸ਼ਹਿਰ ਤਬਾਹ ਹੋ ਜਾਵੇਗਾ। ਪਰ ਉਹ ਕਹਿੰਦਾ ਹੈ ਕਿ ਸਾਡੇ ਬਚਾਓ ਕਰਮੀ ਕਿਸੇ ਹੋਰ ਜਗ੍ਹਾ 'ਤੇ ਲੱਗੇ ਹੋਏ ਹਨ, ਸਾਨੂੰ ਉੱਥੇ ਪਹੁੰਚਣ ਦੇ ਵਿੱਚ ਦੇਰ ਹੋ ਜਾਵੇਗੀ। ਫਿਰ ਜੌਨ ਆਪਣੀ ਕੁੜੀ ਦੇ ਬੁਆਏਫ੍ਰੈਂਡ ਦੇ ਫੋਨ 'ਤੇ ਕਾਲ ਕਰਦਾ ਹੈ ਅਤੇ ਉਹਨੂੰ ਕਹਿੰਦਾ ਹੈ ਕਿ ਮੇਰੀ ਬੇਟੀ ਨਾਲ ਗੱਲ ਕਰਾਓ। ਫਿਰ ਉਹ ਲੇਰਾ ਨੂੰ ਕਹਿੰਦਾ ਹੈ ਕਿ ਤੈਨੂੰ ਬਿਲਕੁਲ ਹੁਣੇ ਇੱਥੋਂ ਨਿਕਲ ਜਾਣਾ ਚਾਹੀਦਾ ਹੈ ਕਿਉਂਕਿ ਇੱਥੇ ਇੱਕ ਜਹਾਜ਼ ਫਟਣ ਵਾਲਾ ਹੈ। ਜੇ ਇਹ ਧਮਾਕਾ ਹੋ ਗਿਆ ਤਾਂ ਅੱਧਾ ਸ਼ਹਿਰ ਖਤਮ ਹੋ ਜਾਵੇਗਾ। ਲੇਰਾ ਕਹਿੰਦੀ ਹੈ ਕਿ ਸਾਨੂੰ ਸਾਰੇ ਲੋਕਾਂ ਨੂੰ ਉਸ ਬਾਰੇ ਦੱਸਣਾ ਹੋਵੇਗਾ। ਜੌਨ ਕਹਿੰਦਾ ਹੈ ਮੈਂ ਸਾਰੀਆਂ ਗੱਲਾਂ ਦਾ ਹਿਸਾਬ ਲਾ ਲਿਆ ਹੈ, ਸਮਾਂ ਬਹੁਤ ਹੀ ਘੱਟ ਹੈ। ਲੇਰਾ ਦਾ ਬੁਆਏਫ੍ਰੈਂਡ ਕਹਿੰਦਾ ਹੈ ਕਿ ਜਹਾਜ਼ ਵਿੱਚ ਅੱਗ ਬੁਝਾਉਣ ਦਾ ਪ੍ਰਬੰਧ ਹੁੰਦਾ ਹੈ ਅਤੇ ਮੈਂ ਉਸ ਦੀ ਪੜ੍ਹਾਈ ਕੀਤੀ ਹੈ। ਲੇਰਾ ਪੁੱਛਦੀ ਹੈ ਕਿ ਤੁਸੀਂ ਉਸ ਜਹਾਜ਼ ਵਿੱਚ ਸੰਪਰਕ ਕਰਕੇ ਅੱਗ ਕਿਉਂ ਨਹੀਂ ਬੁਝਾ ਦਿੰਦੇ। ਜੌਨ ਕਹਿੰਦਾ ਹੈ ਕਿ ਉਹ ਜਹਾਜ਼ ਬਹੁਤ ਪੁਰਾਣਾ ਹੈ, ਉਸ ਵਿੱਚ ਅਜਿਹਾ ਕੁਝ ਨਹੀਂ ਹੈ ਜਿਸ ਨਾਲ ਮੈਂ ਕਨੈਕਟ ਕਰ ਸਕਾਂ। ਫਿਰ ਉਹ ਖੁਦ ਉਸ ਜਹਾਜ਼ ਵਿੱਚ ਜਾਣ ਦੀ ਜਿੱਦ ਕਰਦੀ ਹੈ ਪਰ ਜੌਨ ਉਸ ਨੂੰ ਉੱਥੋਂ ਨਿਕਲਣ ਨੂੰ ਕਹਿੰਦਾ ਹੈ। ਲੇਰਾ ਗੁੱਸੇ ਹੋ ਜਾਂਦੀ ਹੈ ਅਤੇ ਫੋਨ ਨੂੰ ਪਾਣੀ ਵਿੱਚ ਸੁੱਟ ਦਿੰਦੀ ਹੈ। ਫਿਰ ਉਹ ਇੱਕ ਬੇੜੀ ਲੈ ਕੇ ਜਹਾਜ਼ ਵਿੱਚ ਜਾਂਦੇ ਹਨ। ਕੁਝ ਹੀ ਦੇਰ ਵਿੱਚ ਉਹ ਜਹਾਜ਼ ਉੱਤੇ ਚੜ੍ਹ ਜਾਂਦੇ ਹਨ। ਲੇਰਾ ਆਪਣੇ ਬੁਆਏਫ੍ਰੈਂਡ ਦੇ ਪਿੱਛੇ ਪਿੱਛੇ ਜਾਂਦੀ ਹੈ ਕਿਉਂਕਿ ਉਸ ਨੂੰ ਜਹਾਜ਼ ਵਿੱਚ ਜਾਣ ਦੇ ਸਾਰੇ ਰਸਤੇ ਪਤਾ ਸੀ, ਉਸ ਨੇ ਇਸ ਵਿਸ਼ੇ ਦੀ ਪੜ੍ਹਾਈ ਕੀਤੀ ਹੋਈ ਸੀ। ਫਿਰ ਉਹ ਜਹਾਜ਼ ਦੇ ਅੰਦਰ ਜਾਂਦੇ ਹਨ ਅਤੇ ਉਸ ਥਾਂ 'ਤੇ ਪਹੁੰਚ ਜਾਂਦੇ ਹਨ ਜਿੱਥੇ ਅੱਗ ਲੱਗੀ ਸੀ। ਅੱਗ ਨੂੰ ਵੇਖ ਕੇ ਲੇਰਾ ਘਬਰਾ ਜਾਂਦੀ ਹੈ ਕਿਉਂਕਿ ਉਹ ਅੱਗ ਤੋਂ ਸ਼ੁਰੂ ਤੋਂ ਹੀ ਡਰਦੀ ਸੀ। ਫਿਰ ਉਹ ਆਪਣੇ ਪਾਪਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ
ਪਰ ਉਹ ਟੈਡੀ ਤਾਂ ਖਰਾਬ ਹੋ ਚੁੱਕਿਆ ਸੀ। ਫਿਰ ਰੌਕੀ ਉਸ ਨੂੰ ਠੀਕ ਕਰਦਾ ਹੈ ਅਤੇ ਖਿਡੌਣੇ ਦੇ ਠੀਕ ਹੁੰਦੇ ਹੀ ਜੌਨ ਦੇ ਕੋਲ ਵੀ ਸਿਗਨਲ ਚਲਾ ਜਾਂਦਾ ਹੈ। ਖਿਡੌਣੇ ਦੇ ਕੁਨੈਕਟ ਹੁੰਦੇ ਹੀ ਲੇਰਾ ਜੌਨ ਤੋਂ ਮਾਫ਼ੀ ਮੰਗਦੀ ਹੈ। ਫਿਰ ਜੌਨ ਉਹਨਾਂ ਨੂੰ ਅੱਗ ਕੰਟਰੋਲ ਕਰਨ ਵਾਲੀ ਥਾਂ ਦਾ ਰਸਤਾ ਦੱਸਦਾ ਹੈ। ਫਿਰ ਉਹ ਫਾਇਰ ਕੰਟਰੋਲ ਸਟੇਸ਼ਨ ਪਹੁੰਚ ਜਾਂਦੇ ਹਨ। ਜਦੋਂ ਰੌਕੀ ਉਸ ਨੂੰ ਚਲਾਉਂਦਾ ਹੈ ਤਾਂ ਕੰਟਰੋਲ ਪੈਨਲ ਵਿੱਚ ਸਪਾਰਕਿੰਗ ਹੋ ਜਾਂਦੀ ਹੈ। ਜੌਨ ਕਹਿੰਦਾ ਹੈ ਕਿ ਹੁਣ ਇਹ ਤੁਹਾਨੂੰ ਆਪਣੇ ਹੱਥਾਂ ਨਾਲ ਹੀ ਕਰਨਾ ਪਵੇਗਾ। ਫਿਰ ਰੌਕੀ ਗਲਤੀ ਨਾਲ ਉੱਥੋਂ ਦਾ ਗੇਟ ਖੋਲ੍ਹ ਦਿੰਦਾ ਹੈ ਜਿੱਥੇ ਅੱਗ ਲੱਗੀ ਹੋਈ ਸੀ ਅਤੇ ਅੱਗ ਵਿੱਚ ਸੜ ਜਾਂਦਾ ਹੈ। ਲੇਰਾ ਬਹੁਤ ਜ਼ਿਆਦਾ ਘਬਰਾ ਜਾਂਦੀ ਹੈ। ਫਿਰ ਜੌਨ ਉਸ ਨੂੰ ਕਹਿੰਦਾ ਹੈ ਕਿ ਘਬਰਾਓ ਨਾ, ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਜਿਵੇਂ ਮੈਂ ਕਹਿੰਦਾ ਹਾਂ ਉਵੇਂ ਹੀ ਕਰੋ। ਫਿਰ ਜੌਨ ਰੌਕੀ ਦੇ ਹੱਥ ਨੂੰ ਕੰਟਰੋਲ ਕਰ ਲੈਂਦਾ ਹੈ ਅਤੇ ਉਸ ਨਾਲ ਆਪਣੀ ਬੇਟੀ ਦਾ ਹੱਥ ਫੜ ਕੇ ਉਸ ਨੂੰ ਹੌਂਸਲਾ ਦਿੰਦਾ ਹੈ। ਹੁਣ ਲੇਰਾ ਸ਼ਾਂਤ ਹੋ ਜਾਂਦੀ ਹੈ ਅਤੇ ਇਹ ਕਹਿ ਕੇ ਰੋਣ ਲੱਗਦੀ ਹੈ ਕਿ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ। ਫਿਰ ਜੌਨ ਉਸ ਨੂੰ ਕਹਿੰਦਾ ਹੈ ਕਿ ਸਾਡੇ ਕੋਲ ਸਮਾਂ ਬਹੁਤ ਥੋੜ੍ਹਾ ਹੈ, ਤੂੰ ਸਾਹਮਣੇ ਪਿਆ ਡੱਬਾ ਖੋਲ੍ਹ ਅਤੇ ਉਸ ਵਿੱਚੋਂ ਅੱਗ ਤੋਂ ਰੱਖਿਆ ਕਰਨ ਵਾਲਾ ਸੂਟ ਕੱਢ ਕੇ ਪਾ ਲੈ। ਜੌਨ ਦਾ ਸਪੇਸ ਸਟੇਸ਼ਨ ਵੀ ਹੁਣ ਧਰਤੀ ਦੀ ਗੁਰੂਤਾਕਰਸ਼ਣ ਸੀਮਾ ਵਿੱਚ ਆ ਚੁੱਕਿਆ ਸੀ ਅਤੇ ਤੇਜ਼ੀ ਨਾਲ ਧਰਤੀ ਦੇ ਵੱਲ ਜਾਣ ਲੱਗਿਆ ਸੀ। ਉੱਧਰ ਲੇਰਾ ਸੂਟ ਪਾ ਲੈਂਦੀ ਹੈ। ਫਿਰ ਜੌਨ ਉਸ ਨੂੰ ਅੰਦਰ ਜਾ ਕੇ ਵਾਲ ਘੁਮਾਉਣ ਲਈ ਕਹਿੰਦਾ ਹੈ। ਹੁਣ ਜੌਨ ਦੇ ਸਪੇਸ ਸਟੇਸ਼ਨ ਵਿੱਚ ਵੀ ਗਤੀ ਦੇ ਕਾਰਨ ਅੱਗ ਲੱਗ ਜਾਂਦੀ ਹੈ ਅਤੇ ਉਸ ਦਾ ਆਪਣੀ ਬੇਟੀ ਤੋਂ ਸੰਪਰਕ ਟੁੱਟ ਜਾਂਦਾ ਹੈ। ਲੇਰਾ ਅੰਦਰ ਜਾ ਕੇ ਵਾਲ ਘੁਮਾ ਦਿੰਦੀ ਹੈ। ਫਿਰ ਜਹਾਜ਼ ਵਿੱਚ ਹਰ ਪਾਸੇ ਪਾਣੀ ਚੱਲ ਪੈਂਦਾ ਹੈ ਅਤੇ ਅੱਗ ਬੁਝਣ ਲੱਗਦੀ ਹੈ। ਫਿਰ ਉਹ ਆਪਣੇ ਬੁਆਏਫ੍ਰੈਂਡ ਨੂੰ ਲੈ ਕੇ ਜਹਾਜ਼ ਤੋਂ ਬਾਹਰ ਆਉਂਦੀ ਹੈ। ਬਾਹਰ ਬਚਾਵ ਦਲ ਉਹਨਾਂ ਨੂੰ ਬਚਾ ਲੈਂਦਾ ਹੈ। ਫਿਰ ਲੇਰਾ ਦੀ ਨਜ਼ਰ ਆਸਮਾਨ ਤੋਂ ਡਿੱਗਦੇ ਹੋਏ ਸਪੇਸ ਸਟੇਸ਼ਨ 'ਤੇ ਪੈਂਦੀ ਹੈ ਅਤੇ ਆਖਿਰ ਜੌਨ ਨੇ ਆਪਣੀ ਜਾਨ ਦੇ ਕੇ ਆਪਣੀ ਬੇਟੀ ਅਤੇ ਸ਼ਹਿਰ ਵਾਲਿਆਂ ਦੀ ਜਾਨ ਨੂੰ ਬਚਾ ਲਿਆ ਸੀ। ਹਾਲਾਂਕਿ ਉਸਦੇ ਕੋਲ 3 ਘੰਟਿਆਂ ਦਾ ਸਮਾਂ ਸੀ ਉੱਥੋਂ ਆਰਾਮ ਨਾਲ ਧਰਤੀ 'ਤੇ ਵਾਪਸ ਆਉਣ ਦਾ, ਪਰ ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਾ ਸਿਰਫ ਆਪਣੇ ਬੱਚਿਆਂ ਦੀ ਜਾਨ ਬਚਾਈ ਬਲਕਿ ਪੂਰੇ ਸ਼ਹਿਰ ਦੀ ਜਾਨ ਬਚਾਈ। ਫਿਰ ਲੇਰਾ ਆਪਣੀ ਮਾਂ ਦੇ ਕੋਲ ਜਾਂਦੀ ਹੈ ਅਤੇ ਉਹਨੂੰ ਦੱਸਦੀ ਹੈ ਕਿ ਪਾਪਾ ਨਹੀਂ ਰਹੇ। ਫਿਰ ਉਹ ਪਹਿਲੀ ਵਾਰ ਆਪਣੇ ਦੂਜੇ ਬਾਪ ਦੇ ਗਲੇ ਲੱਗਦੀ ਹੈ ਅਤੇ ਇਸ ਦਿਨ ਦੇ ਲਈ ਉਹ ਕਦੋਂ ਤੋਂ ਇੰਤਜ਼ਾਰ ਕਰ ਰਿਹਾ ਸੀ ਕਿ ਲੇਰਾ ਉਸ ਨੂੰ ਆ ਕੇ ਪਾਪਾ ਕਹੇ ਅਤੇ ਉਸ ਦੇ ਗਲੇ ਲੱਗ ਜਾਵੇ। ਉੱਥੇ ਲੇਰਾ ਨੂੰ ਉਹ ਬੁੱਢੇ ਅੰਕਲ ਆਂਟੀ ਵੀ ਦਿਸ ਜਾਂਦੇ ਹਨ ਜਿਨ੍ਹਾਂ ਨੇ ਲੇਰਾ ਦੀ ਜਾਨ ਬਚਾਈ ਸੀ। ਅਤੇ ਆਖਰ ਇਹ ਮੂਵੀ ਇੱਥੇ ਹੀ ਖਤਮ ਹੋ ਜਾਂਦੀ ਹੈ। ਦੋਸਤੋ, ਜੇ ਤੁਹਾਨੂੰ ਸੱਚ ਵਿੱਚ ਇਹ ਮੂਵੀ ਵੇਖ ਕੇ ਵਧੀਆ ਲੱਗਿਆ ਹੈ ਤਾਂ ਜਾਣ ਤੋਂ ਪਹਿਲਾਂ ਮੇਰੀ ਤੁਹਾਨੂੰ ਬੇਨਤੀ ਹੈ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਕਿਉਂਕਿ ਇਹ ਮੇਰੀ ਸ਼ੁਰੂਆਤ ਹੈ ਅਤੇ ਮੈਂ ਬਹੁਤ ਅੱਗੇ ਤੱਕ ਜਾਣਾ ਹੈ ਜਿਹੜਾ ਕਿ ਤੁਹਾਡੀ ਮਦਦ ਦੇ ਬਿਨਾਂ ਸੰਭਵ ਨਹੀਂ ਹੈ। ਅਤੇ ਮੈਂ ਮਿਲਾਂਗਾ ਤੁਹਾਨੂੰ ਇੱਕ ਨਵੇਂ ਦਿਨ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਖੁਸ਼ ਰਹੋ।